ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅਤੇ ਅੱਜ ਹੈ 28 ਜਨਵਰੀ 2021 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 28 ਜਨਵਰੀ 2021 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸ਼ਨਸ ਹਰੇਕ ਕੁਐਸ਼ਨ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਸਾਡੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਕਿਸ ਰਾਜ ਸਰਕਾਰ ਨੇ 13ਵੇਂ ਜ਼ਿਲਿਆਂ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਆ ਹਾਂਜੀ ਕਿਸ ਰਾਜ ਸਰਕਾਰ ਨੇ 13 ਨਵੇਂ ਜ਼ਿਲਿਆਂ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਆ ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਹੈ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਰਾਜ ਸਰਕਾਰ ਨੇ 13 ਨਵੇਂ ਜ਼ਿਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਆ ਹੁਣ ਆਂਧਰਾ ਪ੍ਰਦੇਸ਼ ਨੇ ਦਿੱਤੀ ਆ ਤਾਂ ਆਂਧਰਾ ਪ੍ਰਦੇਸ਼ ਦੀ ਕੈਪੀਟਲ ਕੀ ਆ ਅਮਰਾਵਤੀ ਇਥੋਂ ਦੇ ਚੀਫ ਮਿਨਿਸਟਰ ਕੌਣ ਨੇ ਜਗਨਮੋਹਨ ਰੈਡੀ ਤੇ ਇਥੋਂ ਦੇ ਗਵਰਨਰ ਕੌਣ ਨੇ ਵਿਸ਼ੂ ਭੂਸ਼ਣ ਹਰੀ ਚੰਦਰਨ ਫਲਾਂ ਦਾ ਫਲਾਂ ਦਾ ਸਭ ਤੋਂ ਵੱਡਾ ਉਤਪਾਦਨ ਬਣਿਆ ਆਂਧਰਾ ਪ੍ਰਦੇਸ਼ ਪਾਸ਼ਾ ਦੇ ਆਧਾਰ ਤੇ ਗਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਸੀ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੇ ਵਿੱਚ ਕੋਲੇਰੂ ਲੈਕਾ ਪੁਲਿੱਕਟ ਲੈਕਾ ਪਾਪੀ ਗੁੰਡਾ ਨੈਸ਼ਨਲ ਪਾਰਕਾ ਸ੍ਰੀ ਬੈਂਕਟੇਸ਼ਵਰ ਨੈਸ਼ਨਲ ਪਾਰਕਾ ਇਨਾ ਤੁਸੀਂ ਯਾਦ ਰੱਖਣਾ ਆਂਧਰਾ ਪ੍ਰਦੇਸ਼ ਦੇ ਬਾਰੇ ਨੈਕਸਟ ਕੁਐਸਚਨ ਹੈ ਜੀ ਗਨਤਾੰਤਰ ਦਿਵਸ ਪਰੇਡ ਵਿੱਚ ਪਹਿਲੀ ਮਹਿਲਾ ਰਾਈਫਲ ਲੜਾਕੂ ਜੈਟ ਪਾਇਲਟ ਕੌਣ ਬਣੀ ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਆਪਸ਼ਨ ਨੰਬਰ ਬੀ ਸ਼ਿਵਾਂਗੀ ਸਿੰਘ ਸ਼ਿਵਾਂਗੀ ਸਿੰਘ ਗਨਤਾੰਤਰ ਦਿਵਸ ਪਰੇਡ ਦੇ ਵਿੱਚ ਪਹਿਲੀ ਮਹਿਲਾ ਰਾਈਫਲ ਲੜਾਕੂ ਜੈਟ ਪਾਇਲਟ ਬਣੀ ਨੈਕਸਟ ਕੁਐਸਚਨ ਹੈ ਜੀ ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਨਾਲ ਸਬੰਧਾਂ ਦੇ 30 ਸਾਲ ਪੂਰੇ ਹੋਣ ਲਈ ਇੱਕ ਯਾਦਗਾਰੀ ਲੋਗੋ ਲਾਂਚ ਕੀਤਾ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਇਜ਼ਰਾਈਲ ਭਾਰਤ ਨੇ ਇਜ਼ਰਾਈਲ ਦੇਸ਼ ਦੇ ਨਾਲ 30 ਸਾਲ ਪੂਰੇ ਹੋਣ ਲਈ ਸਬੰਧਾਂ ਠੀਕ ਹੈ ਤੇ ਇੱਕ ਲੋਗੋ ਯਾਦਗਾਰੀ ਲੋਗੋ ਲਾਂਚ ਕੀਤਾ ਹੁਣੇ ਇਜ਼ਰਾਈਲ ਦੇ ਨਾਲ ਕੀਤਾ ਵਾ ਤਾਂ ਇਜ਼ਰਾਈਲ ਦੀ ਕੈਪੀਟਲ ਕੀ ਹੈ ਯਰੂਸ਼ਲਮ ਇਥੋਂ ਦੀ ਖ਼ਬਰਾਂ ਸੀ ਕੀ ਆ ਇਜ਼ਰਾਈਲੀ ਨਿਊਜ਼ ਅਕਲ ਇਥੋਂ ਦੇ ਪ੍ਰਾਈਮ ਮਿਨਿਸਟਰ ਕੌਣ ਨੇ ਨਫਤਾਲੀ ਬੈਨੇਟ ਇਜ਼ਰਾਈਲ ਦੇ ਨਵੇਂ ਰਾਸ਼ਟਰਪਤੀ ਬਣੇ ਸੀ ਇਸ਼ਾਕ ਹਰੀਯੋਗ ਉਹ ਫੇਕ 16 ਸਪਾਰਡ ਸਟੇਲਾਈਟ ਲਾਂਚ ਕੀਤਾ ਇਜ਼ਰਾਈਲ ਨੇ ਜਲਵਾਜ਼ੂ ਪਰਿਵਰਤਨ ਨੂੰ ਰਾਸ਼ਟਰੀ ਸੁਰੱਖਿਆ ਮੁੱਦਾ ਘੋਸ਼ਿਤ ਕੀਤਾ ਇਜ਼ਰਾਈਲ ਨੇ ਵੱਡੇ ਪੈਮਾਨੇ ਉੱਪਰ ਹਾਂਜੀ ਵੱਡੇ ਪੈਮਾਨੇ ਦੇ ਉੱਪਰ ਇਨਫਲੇਟੇਬਲ ਮਿਜ਼ਾਈਲ ਡਿਟੈਕਸ਼ਨ ਸਿਸਟਮ ਦਾ ਪ੍ਰੀਖਣ ਵੀ ਇਜ਼ਰਾਈਲ ਨੇ ਕੀਤਾ ਸੀ ਇਜ਼ਰਾਈਲ ਦੀ ਸੰਸਦ ਦਾ ਨਾਮ ਅਕਸਰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਵਾ ਤਾਂ ਇਜ਼ਰਾਈਲ ਦੀ ਸੰਸਦ ਦਾ ਨਾਮ ਆ ਨੈਸਿਟ ਐਰੋ 3 ਦਾ ਸਫਲ ਪ੍ਰੀਖਣ ਇਜ਼ਰਾਈਲ ਨੇ ਕੀਤਾ ਐਰੋ 3 ਇਹ ਜਿਹੜਾ ਸਭ ਤੋਂ ਤੇਜ਼ ਹਥਿਆਰ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹਥਿਆਰ ਆ ਐਰੋ 3 ਜਿਹਦਾ ਪ੍ਰੀਖਣ ਇਜ਼ਰਾਈਲ ਨੇ ਕੀਤਾ ਸੀ ਨੈਕਸਟ ਕੁਐਸਚਨ ਹੈ ਜੀ ਇਸ ਰਾਜ ਸਰਕਾਰ ਨੇ ਹਰੇਕ ਜ਼ਿਲ੍ਹੇ ਵਿੱਚ ਮਹਿਲਾ ਸੁਰੱਖਿਆ ਸੈੱਲ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਰਾਈਟ ਆਨਸਰ ਹੈ ਜੀ অপਸ਼ਨ ਨੰਬਰ B ਛਤੀਸਗੜ। ਛਤੀਸਗੜ ਦੀ ਰਾਜ ਸਰਕਾਰ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਮਹਿਲਾ ਸੁਰੱਖਿਆ ਸੈੱਲ ਸਥਾਪਿਤ ਕਰਨ ਦਾ ਐਲਾਨ ਕੀਤਾ। ਹੁਣੇ ਛਤੀਸਗੜ ਨੇ ਕੀਤਾ ਤਾਂ ਛਤੀਸਗੜ ਦੀ ਕੈਪੀਟਲ ਕੀ ਆ? ਰਾਏਪੁਰ। ਹਾਂਜੀ ਇੱਥੋਂ ਦੇ ਇੱਕ ਹੋਰ ਸਹਿਰ ਨਮਾ ਰਾਏਪੁਰ ਉਸ ਦਾ ਨਾਮ ਬਦਲ ਕੇ ਅਟਲ ਨਗਰ ਰੱਖਿਆ ਗਿਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਇੱਥੋਂ ਦੇ ਚੀਫ ਮਿਨਿਸਟਰ ਆ ਬੋਪੇਸ਼ ਬੰਗੇਲ ਇੱਥੋਂ ਦੇ ਗਵਰਨਰ ਆ ਅਨਸੋਈਆ ਓਕੇ ਸਤਿਸ਼ਗੜ ਦੇ ਵਿੱਚ ਦਾਈ ਦੀਦੀ ਮੋਬਾਈਲ ਕਲੀਨਿਕ ਸ਼ੁਰੂ ਹੋਈ ਕੁਸ਼ਲਿਆ ਮਾਤਰਤ ਯੋਜਨਾ ਛਤੀਸਗੜ ਦੇ ਵਿੱਚ ਸ਼ੁਰੂ ਹੋਈ ਸਤਿਸ਼ਗੜ ਦੇ ਵਿੱਚ ਅਚਾਨਕਮਾਰ ਵਾਈਲਡਲਾਈਫ ਸੈਂਚਰੀ ਆ ਬਾਦਲਖੋਰ ਵਾਈਲਡਲਾਈਫ ਸੈਂਚਰੀ ਆ ਬਰਨਾਮਾ ਪਾਰਾ ਵਾਇਰ ਲਾਈਫ ਵਾਈਲਡ ਲਾਈਫ ਸੈਂਚਰੀਆ ਪੁਲਿਸ ਨੇ ਡਿਪਰੈਸ਼ਨ ਗ੍ਰਸਤ ਕਰਮਚਾਰੀਆਂ ਦੇ ਲਈ ਸੰਪਦਨ ਅਭਿਆਨ ਸ਼ੁਰੂ ਕੀਤਾ ਨੈਕਸਟ ਕੁਐਸਚਨ ਹੈ ਜੀ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਬਾਲ ਪੁਰਸਕਾਰ 2022 ਵਿੱਚ ਕਿੰਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਹਾਂਜੀ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਬਾਲ ਪੁਰਸਕਾਰ 2022 ਦੇ ਵਿੱਚ ਟੋਟਲ 29 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਨੈਕਸਟ ਕੁਐਸਚਨ ਹੈ ਜੀ ਜਾਰੀ ਕੀਤੀ ਗਈ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ 2021 ਵਿੱਚ ਸਭ ਤੋਂ ਉੱਪਰ ਕੌਣ ਰਿਹਾ? ਹਾਂਜੀ 2021 ਇੰਡੈਕਸ ਕੱਢਿਆ ਗਿਆ ਏ, ਕਾਦਾ ਇੰਡੈਕਸ ਕੱਢਿਆ ਗਿਆ ਵਾ ਭ੍ਰਿਸ਼ਟਾਚਾਰ ਧਾਰਨਾ ਦਾ। ਠੀਕ ਹੈ। ਤੇ ਇਸ ਦੇ ਵਿੱਚ ਸਭ ਤੋਂ ਉੱਪਰ ਜਾਨੀ ਕਿ ਸਭ ਤੋਂ ਟੌਪ ਤੇ ਕੌਣ ਰਿਹਾ? ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ B ਡੈਨਮਾਰਕ। ਹੁਣ ਦੇਖੋ A 180 ਦੇਸ਼ਾਂ ਦਾ ਇੰਡੈਕਸ ਆ ਜਿਸ ਦੇ ਵਿੱਚ ਇੰਡੀਆ 85ਵੇਂ ਨੰਬਰ ਤੇ ਆ ਲਾਸਟ ਈਅਰ ਦੀ ਜੇ ਗੱਲ ਕਰੀਏ ਤਾਂ ਲਾਸਟ ਈਅਰ ਵਿੱਚ ਇੰਡੀਆ 78ਵੇਂ ਨੰਬਰ ਤੇ ਸੀ ਹੁਣ ਇੰਡੀਆ ਕਿਹੜੇ ਨੰਬਰ ਤੇ ਆ 85ਵੇਂ ਨੰਬਰ ਤੇ ਆ ਤਾਂ ਹਾਂਜੀ ਹੁਣ ਦੇਖੋ ਟਰਾਂਸਪੈਰੈਂਸੀ ਇੰਟਰਨੈਸ਼ਨਲ ਦੁਆਰਾ ਜਿਹੜਾ ਇਹ ਇੰਡੈਕਸ ਆ ਤਿਆਰ ਕੀਤਾ ਜਾਂਦਾ ਵਾ ਇਸ ਵਿੱਚ ਮਾਰਕਸ ਮਿਲਦੇ ਆ ਜਿਹੜੇ ਕਿ 0 ਤੋਂ ਲੈ ਕੇ 100 ਤੱਕ ਮਿਲਦੇ ਆ ਠੀਕ ਹੈ ਜਿਸ ਦੇਸ਼ ਨੂੰ 0 ਅੰਕ ਮਿਲਦਾ ਵਾ ਉਸੇ ਦੇਸ਼ ਦੇ ਵਿੱਚ ਸਭ ਤੋਂ ਭ੍ਰਿਸ਼ਟਾਚਾਰ ਆ ਜਿਹੜਾ ਇਹ ਹੋ ਰਿਹਾ ਕੱਟ ਹੋ ਰਿਹਾ ਵਾ ਉਸੇ ਸਭ ਹਾਂਜੀ ਉਸੇ ਸਭ ਤੋਂ ਪ੍ਰਿਸ਼ਟ ਦੇਸ਼ ਘੋਸ਼ਿਤ ਕਰ ਦਿੱਤਾ ਜਾਂਦਾ ਵਾ ਠੀਕ ਹੈ ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ ਜਿਹੜੇ ਸਟੂਡੈਂਟ ਨੋਟਸ ਬਣਾ ਰਹੇ ਨੇ ਕਿ ਜਿਸ ਦੇਸ਼ ਜ਼ੀਰੋ ਅੰਕ ਜਿਹੜੇ ਦੇਸ਼ ਨੂੰ ਜ਼ੀਰੋ ਅੰਕ ਮਿਲਦਾ ਹੈ ਉਸੇ ਸਭ ਤੋਂ ਪ੍ਰਿਸ਼ਟ ਦੇਸ਼ ਘੋਸ਼ਿਤ ਕਰ ਦਿੱਤਾ ਜਾਂਦਾ ਜਿਸ ਦੇਸ਼ ਨੂੰ 100 ਮਿਲਦੇ ਆ ਉਹ ਸਭ ਤੋਂ ਘੱਟ ਪ੍ਰਿਸ਼ਟ ਪਾਇਆ ਜਾਂਦਾ ਹਾਂਜੀ ਹੁਣ ਦੇਖੋ ਡੈਨਮਾਰਕ ਆ ਜੇਣਾ ਤੁਹਾਨੂੰ ਇੱਥੇ ਆਪਸ਼ਨ ਦਿਖ ਰਹੀ ਹੈ ਅਫਗਾਨਿਸਤਾਨ ਦੀ ਜੇ ਅਸੀਂ ਅਫਗਾਨਿਸਤਾਨ ਦੀ ਗੱਲ ਕਰੀਏ ਤਾਂ 170ਵੇਂ ਨੰਬਰ ਤੇ ਹੈ ਇੰਡੈਕਸ ਦੇ ਵਿੱਚ ਜੇ ਅਸੀਂ ਪਾਕਿਸਤਾਨ ਦੀ ਗੱਲ ਕਰੀ ਤਾਂ 140ਵੇਂ ਨੰਬਰ ਤੇ ਹੈ ਇੰਡੈਕਸ ਦੇ ਵਿੱਚ ਹੁਣ ਅਸੀਂ ਗੱਲ ਕਰ ਰਹੀ ਸੀ ਟਾਪ ਤੇ ਡੈਨਮਾਰਕ ਆ ਤਾਂ ਡੈਨਮਾਰਕ ਦੀ ਕੈਪੀਟਲ ਕੀ ਆ ਹਾਂਜੀ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਪਰ ਅਸੀਂ ਹੁਣ ਟਾਪ ਤੇ ਕੱਲਾ ਡੈਨਮਾਰਕ ਨਹੀਂ ਕਹਿ ਸਕਦੇ ਟਾਪ ਤੇ ਹੋਰ ਵੀ ਇਸ ਦੇ ਨਾਲ ਦੇ ਸ ਆ ਕਿਹੜੇ ਕਿਹੜੇ ਆ ਹੋ ਫਿਨਲੈਂਡ ਨਾਰਵੇਆ ਨਿਊਜ਼ੀਲੈਂਡ ਆ ਇਹ ਵੀ ਤੁਸੀਂ ਯਾਦ ਰੱਖਣੇ ਆ ਨੈਕਸਟ ਕੁਐਸਚਨ ਹੈ ਜੀ ਐਚ ਪੀ ਸੀ ਐਲ ਦਾ ਨਵਾਂ ਚੇਅਰਮੈਨ ਕੌਣ ਬਣਿਆ ਹਾਂਜੀ ਐਚ ਪੀ ਸੀ ਐਲ ਦੇ ਨਵੇਂ ਚੇਅਰਮੈਨ ਬਣੇ ਆ ਪੁਸ਼ਪ ਕੁਮਾਰ ਯੂ ਐਸ ਸੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੁਣ ਅਸੀਂ ਗੱਲ ਕਰ ਰਹੇ ਆਂ ਐਚ ਪੀ ਸੀ ਐਲ ਦੀ ਇਹਦੀ ਫੁੱਲ ਫਾਰਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਤੇ ਇਹਦੀ ਸਥਾਪਨਾ ਹੋਈ ਸੀ 1964 ਦੇ ਵਿੱਚ ਇਹਦਾ ਹੈੱਡ ਕੁਆਰਟਰ ਕਿੱਥੇ ਆ ਮੁੰਬਈ ਦੇ ਵਿੱਚ ਐਡ ਪ੍ਰੈਜ਼ੈਂਟ ਇਹਦੇ ਡਾਇਰੈਕਟਰ ਜਨਰਲ ਕੌਣ ਨੇ ਐਮ ਕੇ ਸ਼ੁਰਾਨਾ ਨੈਕਸਟ ਕੁਐਸ਼ਨ ਹੈ ਜੀ ਹਾਲ ਹੀ ਵਿੱਚ ਐਮ ਸੌਰੀ ਆਈਐਮਐਫ ਨੇ ਵਿੱਤੀ ਸਾਲ 2022 ਵਿੱਚ ਭਾਰਤ ਦੀ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ ਹਾਂਜੀ ਰੀਸੈਂਟਲੀ ਆਈਐਮਐਫ ਨੇ ਭਾਰਤ ਦੀ ਵਿੱਤੀ ਵਿਕਾਸ ਦਰ ਰਹਿਣ ਦਾ ਅਨੁਮਾਨ ਕਿੰਨਾ ਲਗਾਇਆ ਵਾ 9% ਦਾ ਇਸ ਤੋਂ ਪਹਿਲਾਂ ਕਿੰਨਾ ਲਗਾਇਆ ਗਿਆ ਸੀ 9.5% ਦਾ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੁਣ ਅਸੀਂ ਗੱਲ ਕਰ ਰਹੇ ਸੀ ਆਈਐਮਐਫ ਦੀ ਆਈਐਮਐਫ ਦੀ ਸਥਾਪਨਾ ਕਦੋਂ ਹੋਈ 1945 ਦੇ ਵਿੱਚ ਇਹਦਾ ਹੈੱਡਕੁਆਰਟਰ ਕਿੱਥੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਐਟ ਪ੍ਰੈਜ਼ੈਂਟ ਦੇ ਐਮਡੀ ਕੌਣ ਨੇ ਕ੍ਰਿਸਟਲੀਨਾ ਨੈਕਸਟ ਕੁਐਸਚਨ ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਵਜੋਂ ਕਿਸ ਨੇ ਸੌ ਚੁੱਕੀ ਆ ਹਾਂਜੀ ਪਾਕਿਸਤਾਨ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਦੇ ਵਜੋਂ ਸੌ ਚੁੱਕੀ ਆ ਆਇਸ਼ਾ ਮਲਿਕ ਨੇ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਹੁਣ ਇਹਨਾਂ ਨੇ ਪਾਕਿਸਤਾਨ ਸੁਪਰੀਮ ਕੋਰਟ ਦੇ ਲਈ ਚੁੱਕੀ ਆ ਤਾਂ ਪਾਕਿਸਤਾਨ ਦੇਖੋ ਹੁਣ ਤੁਸੀਂ ਪਾਕਿਸਤਾਨ ਦੀ ਕੈਪੀਟਲ ਕੀ ਆ ਇਸਲਾਮਾਬਾਦ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਕਿ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਇੱਕ ਮਿੰਟ ਦੇ ਲਈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣ ਪਾਕਿਸਤਾਨ ਦੀ ਕਰੰਸੀ ਆ ਪਾਕਿਸਤਾਨੀ ਰੁਪਇਆ ਤੇ ਇਥੋਂ ਦੇ ਪ੍ਰੈਜ਼ੀਡੈਂਟ ਆ ਆਰ ਐਫ ਅਲਵੀ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਕ੍ਰਿਕਟਰ ਇਮਰਾਨ ਖਾਨ ਪਾਕਿਸਤਾਨ ਨੇ ਬਾਬਰ ਕਰੂਜ਼ ਮਿਜ਼ਾਈਲ 1ਵੀ ਦਾ ਪ੍ਰੀਖਣ ਸਫਲਤਾਪੂਰਵਕ ਕੀਤਾ ਹਿੰਦੂ ਮੰਦਰਾਂ ਦੀ ਦੇਖਪਾਲ ਲਈ ਪਹਿਲੀ ਦੀ ਸਥਾਪਨਾ ਕੀਤੀ ਪਾਕਿਸਤਾਨ ਨੇ ਜਸਟਿਸ ਆਇਸਾ ਮਲਿਕ ਪਾਕਿਸਤਾਨ ਦੀ ਪਹਿਲੀ ਮਹਿਲਾ ਚੀਫ ਜਸਟਿਸ ਬਣੀ ਪਾਕਿਸਤਾਨ ਨੇ ਆਇਸਾ ਮੁਗਲ ਨੂੰ ਸੰਯੁਕਤ ਰਾਸ਼ਟਰ ਦੇ ਵਿੱਚ ਆਪਣੀ ਪ੍ਰਤੀਨਿਧੀ ਵਜੋਂ ਭੇਜਿਆ ਇਹ ਇੱਕ 트랜ਸਜੈਂਡਰ ਆ ਪਾਕਿਸਤਾਨ ਨੇ ਨਿਗਮ ਜੋਹਨ ਨੂੰ ਆਪਣੀ ਫੌਜ ਵਿੱਚ ਪਹਿਲੀ ਮਹਿਲਾ ਲੈਫਟੀਨੈਂਟ ਬਣਾਇਆ ਪਰਮਾਣੂ ਸਮਰੱਥਾ ਵਾਲੀ ਗਜ਼ਨਵੀ ਮਿਜ਼ਾਈਲ ਦਾ ਪਰਖਣ ਵੀ ਪਾਕਿਸਤਾਨ ਨੇ ਕੀਤਾ ਨਸੀਮ ਸਾਹ ਟੈਸਟ ਵਿੱਚ ਹੈਟ੍ਰਿਕ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਬਣਿਆ ਨਸੀਮ ਖਾ ਇੰਡੀਆ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਾਲੀਫਲਾਈਨ ਕਹਿੰਦੇ ਆ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਨੂੰ ਡਰੰਡ ਲਾਈਨ ਕਹਿੰਦੇ ਆ ਇੰਡੀਆ ਤੇ ਚਾਈਨਾ ਨੂੰ ਡਿਵਾਈਡ ਕਰਨ ਵਾਲੀ ਨੂੰ ਮੈਕਮੋਹਨ ਲਾਈਨ ਕਹਿੰਦੇ ਆ ਸਾਊਥ ਕੋਰੀਆ ਤੇ ਨਾਰਥ ਕੋਰੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 38th ਪੈਰਲਰ ਬੋਲਦੇ ਆ ਯੂਐਸ ਐਂਡ ਕੈਨੇਡਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 49th ਪੈਰਲਰ ਬੋਲਦੇ ਆ ਇਹਨਾਂ ਤੁਸੀਂ ਯਾਦ ਰੱਖਣਾ ਪਾਕਿਸਤਾਨ ਦੇ ਬਾਰੇ ਨੈਕਸਟ ਕੁਐਸਚਨ ਹੈ ਜੀ ਓਮ ਨਾਮ ਦੀ ਇੱਕ ਓਮਾਈਕਰੋਨ ਟੈਸਟ ਕਿੱਟ ਕਿਸ ਨੇ ਵਿਕਸਿਤ ਕੀਤੀ ਹੈ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਹਾਂਜੀ ਆਪਸ਼ਨ ਨੰਬਰ ਬੀ ਸੀ ਡੀ ਆਰ ਆਈ ਸੀ ਡੀ ਆਰ ਆਈ ਨੇ ਓਮ ਨਾਮ ਦੀ ਇੱਕ ਓਮੀਕਰੋਨ ਟੈਸਟ ਕਿੱਟ ਜਾਰੀ ਕੀਤੀ ਹੈ ਵਿਕਸਿਤ ਕੀਤੀ ਹੈ ਹੁਣ ਸੀ ਡੀ ਆਰ ਆਈ ਨੇ ਕੀਤੀ ਹੈ ਤੇ ਇਹਦਾ ਇਹਦੀ ਫੁੱਲ ਫਾਰਮ ਕੀ ਹੈ ਸੈਂਟਰਲ ਡਰੱਗ ਰਿਸਰਚ ਇੰਸਟੀਚਿਊਟ ਨੈਕਸਟ ਕੁਐਸਚਨ ਕੇਸ ਰਾਜ ਦੇ ਸਾਬਕਾ ਮੁੱਖ ਮੰਤਰੀ ਨੇ ਪਦਮ ਭੂਸ਼ਣ ਪੁਰਸਕਾਰ ਦੇਣ ਤੋਂ ਇਨਕਾਰ ਕੀਤਾ ਲੈਣ ਤੋਂ ਆਣਾ ਠੀਕ ਹੈ ਇੱਥੇ ਕਿਹੜੇ ਦੇਸ਼ ਦੇ ਸਾਬਕਾ ਮੁੱਖ ਮੰਤਰੀ ਆ ਜਿਨ੍ਹਾਂ ਨੇ ਪਦਮ ਭੂਸ਼ਣ ਪੁਰਸਕਾਰ ਲੈਣ ਤੋਂ ਇਨਕਾਰ ਕੀਤਾ ਹੈ ਤੇ ਇਸ ਕੁਸ਼ਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏ ਪੱਛਮੀ ਬੰਗਾਲ ਬੈਸਟ ਬੰਗਾਲ ਦੇ ਸਾਬਕਾ ਮੰਤਰੀ ਆ ਮੁੱਖ ਮੰਤਰੀ ਆ ਕੌਣ ਕੀ ਉਹਨਾਂ ਦਾ ਨਾਮ ਬੁੱਧਦੇਵ ਪਟਾਚਾਰ ਇਹਨਾਂ ਨੇ ਪਦਮ ਪੂਸ਼ਣ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂ ਕੀਤਾ ਕਿਉਂਕਿ ਇਹਨਾਂ ਨੂੰ ਸੋਚਿਤ ਨਹੀਂ ਕੀਤਾ ਗਿਆ ਸੀ ਕਿ ਇਹਨਾਂ ਨੂੰ ਪਦਮ ਪੂਸ਼ਣ ਪੁਰਸਕਾਰ ਦਿੱਤਾ ਜਾਣਾ ਹੈ ਇਸ ਲਈ ਇਹਨਾਂ ਨੇ ਪਦਮ ਪੂਸ਼ਣ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਇੱਕ ਗਾਇਕਾ ਹੈ ਸੰਦਿਆ ਮੁਖਰ ਜੀ ਇਹਨਾਂ ਨੇ ਵੀ ਪਦਮ ਸ਼੍ਰੀ ਲੈਣ ਤੋਂ ਇਨਕਾਰ ਕੀਤਾ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣੇ ਜਿਆਦਾ ਇੰਪੋਰਟੈਂਟ ਬਣ ਰਹੇ ਨੇ ਕੁਸ਼ਨ ਤੁਹਾਡੇ ਲਈ ਹੁਣ ਅਸੀਂ ਗੱਲ ਕਰ ਰਹੇ ਹਾਂ ਪੱਛਮੀ ਬੰਗਾਲ ਦੀ ਤਾਂ ਪੱਛਮੀ ਬੰਗਾਲ ਦੀ ਕੈਪੀਟਲ ਕੀ ਆ ਕੋਲਕਾਤਾ ਇਹ ਕੋਲਕਾਤਾ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ ਹੁਗਲੀ ਨਦੀ ਦੇ ਕਿਨਾਰੇ ਸਥਿਤ ਆ ਠੀਕ ਹੈ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਮਮਤਾ ਬੇਨਰਜੀ ਤੇ ਇੱਥੋਂ ਦੇ ਗਵਰਨਰ ਕੌਣ ਨੇ ਜਗਦੀਪ ਤਨਕਰ ਪੱਛਮੀ ਬੰਗਾਲ ਵਿੱਚ ਸਟੂਡੈਂਟ ਕ੍ਰੈਡਿਟ ਕਾਰਡ ਯੋਜਨਾ ਸ਼ੁਰੂ ਹੋਈ 100 ਮੀ ਯਾਨੀ ਕਿ 100 100 ਮੀ ਤੋਮੀ ਕਿਸਾਨ ਰੇਲ ਸੰਘੋਲਾ ਤੋਂ ਸਾਲੀਮਾਰ ਤੱਕ ਚੱਲੀ ਸੰਘੋਲਾ ਇਹ ਮਹਾਰਾਸ਼ਟਰ ਦੇ ਵਿੱਚ ਆ ਸਾਲੀਮਾਰ ਇਹ ਪੱਛਮੀ ਬੰਗਾਲ ਦੇ ਵਿੱਚ ਆ ਕਰਮਈ ਤਰਮਯੋਇਨਾ ਪੱਛਮੀ ਬੰਗਾਲ ਦੇ ਵਿੱਚ ਸ਼ੁਰੂ ਹੋਈ ਮਾਯੋਇਨਾ ਇਹ ਵੀ ਪੱਛਮੀ ਬੰਗਾਲ ਦੇ ਵਿੱਚ ਸ਼ੁਰੂ ਹੋਈ ਇਹਦੇ ਵਿੱਚ ਕੀ ਆ ਕਿ 5 ਰੁਪਏ ਦੇ ਵਿੱਚ ਖਾਣਾ ਦਿੱਤਾ ਜਾਂਦਾ ਹੈ ਨੈਕਸਟ ਕੁਐਸ਼ਨ ਹੈ ਜੀ ਕਿਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੈਫਟੀਨੇਟ ਗਵਰਨਰ ਨੇ ਦਸ ਬਰਾਮਾ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੌਰੀ অপਸ਼ਨ ਨੰਬਰ ਸੀ ਲਦਾਖ ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੈਫਟੀਨੇਟ ਗਵਰਨਰ ਆ ਆਰ ਕੇ ਮਾਥੁਰ ਜਾਨੀ ਕਿ ਰਾਧਾ ਕ੍ਰਿਸ਼ਨ ਮਾਥੁਰ ਇਹਨਾਂ ਨੇ 10 ਪਰਮਾਣੂ ਪ੍ਰਸ਼ੰਸਾ ਪੱਤਰ ਦਿੱਤਾ ਹੈ ਨੈਕਸਟ ਕੁਐਸਚਨ ਹੈ ਜੀ ਪਰਮ ਵਿਸ਼ੇਸ਼ਟ ਸੇਵਾ ਮੈਡਲ ਕਿਸ ਨੂੰ ਦਿੱਤਾ ਗਿਆ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਨੀਰਜ ਚੋਪੜਾ ਨੀਰਜ ਚੋਪੜਾ ਨੂੰ ਪਰਮ ਵਿਸ਼ੇਸ਼ਟ ਸੇਵਾ ਮੈਡਲ ਦਿੱਤਾ ਗਿਆ ਹੈ ਹਾਂਜੀ ਹੁਣ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ